ब्रेक तो बाद एक बार फिर असं गल कर रहे हैं गोल्डी बराड़ की, जिस दे बारे जो अहम जानकारी मिली है कि उसनू कैलिफोर्निया दे विच डिटेन कर लिया गया ते उसनू छेती ही हुण भारत लियांदा जाएगा। सिद्धू मूसेवाले दे पिता बलकौर सिंह दा इसनू लेके प्रतिक्रम भी सामने आया, जिन्हां दा कहना है कि जिवें पुछगिछ होनी चाहीदी सी उवें नहीं होई है। लॉरेंस ते गोल्डी नू सामने बिठा के पुछगिछ होवे, यह कहना सिद्धू मूसेवाला दे पिता बलकौर सिंह दा, जो लगातार गोल्डी बराड़ नू गिरफ्तार करन दी मंग भी करदे आए ने। बीते दिन ही उन्होंने बहुत अहम बयान जड़ा है दिता सी, जिस विच उन्होंने सरकारा ते ए क्या सी कि वह इनामी राशि की घोषणा करन, 2 करोड़ का इनाम दिता जाए और इस दे लई वह 2 करोड़ देने नू तैयार ने जे उन्होंने अपनी जमीन भी वेचनी पई उह करनगे। और इस तों लैके ही हुण जदों अज गोल्डी बराड़ दे डिटेन होने की खबर आई तो प्रतिक्रम जड़ा है उन्होंने सामने आया। उन्होंने कहा कि जग्गू भगवानपुरे नाल भी बिठा के पुछगिछ की जाए, पुछगिछ जड़ी है सही ढंग दे नाल, जांच सही ढंग नाल नहीं हो रही, यह कहना है बलकौर सिंह का। उन्हें कहा कि मुलजमा का नारको टेस्ट भी करवाया जाए ते कतल दे पिछे दी असल वजह सब दे सामने आनी चाहिए। ਉਹਨਾਂ ਕਿ ਵੱਖ ਵੱਖ ਚੈਨਲਾਂ ਦੇ ਮਾਧਿਅਮ ਤੋਂ ਇਹ ਗੱਲ ਜ਼ਰੂਰ ਪਤਾ ਲੱਗੀ ਹੈ ਵੀ ਉਹਨੂੰ ਡਿਟੇਨ ਕੀਤਾ ਹੈਗਾ, ਜੇ ਕੀਤਾ ਗਿਆ ਤਾਂ ਮੈਂ ਸਵਾਗਤ ਕਰੂੰਗਾ ਇਸ ਗੱਲ ਦਾ, ਕਿਉਂਕਿ ਆਪਾਂ ਵੀ ਚਾਹੁੰਦੇ ਹਾਂ। ਮੈਂ ਕੱਲ੍ਹ ਸਟੇਟਮੈਂਟ ਵੀ ਇਹੀ ਦਿੱਤੀ ਸੀ ਵੀ ਬੇਸ਼ੱਕ ਇਹਦੇ ਆਪਾਂ ਨੂੰ ਕੋਈ ਰਿਵਾਰਡ ਵਗੈਰਾ ਜਾਂ ਕੋਈ ਇਨਾਮ ਰੱਖੀਏ, ਲੋਕਾਂ ਦੇ ਵਿੱਚ ਥੋੜ੍ਹੀ ਖਿੱਚ ਪੈਦਾ ਹੋਵੇ ਨਾ, ਫਿਰ ਜਲਦੀ ਹੋ ਸਕਦਾ। ਜੇ ਹੋਇਆ ਤਾਂ ਬਹੁਤ ਵਧੀਆ ਗੱਲ ਹੈ, ਮੈਂ ਇਸ ਗੱਲ ਦੀ ਸ਼ਾਬਾਸ਼ੀ ਦੇਣੀ ਚਾਹੂੰਗਾ ਏਜੰਸੀਆਂ ਨੂੰ ਜਾਂ ਜਿਹਨੇ ਵੀ ਕਰਿਆ। ਗੋਲਡੀ ਬਰਾੜ ਤਾਂ ਫੜਿਆ ਗਿਆ, ਤੁਸੀਂ ਲਗਾਤਾਰ ਮੰਗ ਕਰਦੇ ਰਹੇ ਹੋ ਕਿ ਇਸ ਕਤਲ ਦਾ ਮਕਸਦ ਕੀ ਸੀ, ਸਫੈਦਪੋਸ਼ ਤੇ ਸੰਗੀਤ ਜਗਤ ਦੇ ਨਾਲ ਲੋਕ ਸੀ ਕਿ ਉਹਨਾਂ ਨੂੰ ਵੀ ਹੁਣ ਗੋਲਡੀ ਬਰਾੜ ਤੋਂ ਬਾਅਦ ਨੰਬਰ ਲੱਗਣਾ ਚਾਹੀਦਾ। ਜਿੱਥੇ ਜਿੱਥੇ ਆਪਾਂ ਨੂੰ ਸ਼ੱਕ ਹੈ ਆਪਾਂ ਉਹਨਾਂ ਦੇ ਨਾਮ ਦਿੱਤੇ ਨੇ ਪ੍ਰਸ਼ਾਸਨ ਨੂੰ ਔਰ ਉਹਨਾਂ ਨੂੰ ਬੁਲਾ ਕੇ ਪੁੱਛਗਿੱਛ ਕਰਨਗੇ, ਤਾਂ ਮੈਂ ਉਮੀਦ ਕਰ ਸਕਦਾ ਕੋਈ ਨਾ ਕੋਈ ਗੱਲ ਬਾਹਰ ਨਿਕਲੂਗੀ। ਕੀ ਲੱਗਦਾ ਵੀ ਇੰਨੇ ਕੁ ਨਾਲ ਜੇ ਗੋਲਡੀ ਬਰਾੜ ਖੁਲਾਸੇ ਕਰੇਗਾ ਵੀ ਇੰਨੇ ਕੁ ਨਾਲ ਕੋਈ ਮਤਲਬ ਪਰਿਵਾਰ ਨੂੰ ਕੋਈ ਉਮੀਦ ਲੱਗਦੀ ਹੈ? ਦੇਖੋ ਮੇਰਾ ਨਿਸ਼ਾਨਾ ਗੋਲਡੀ ਬਰਾੜ ਹੈ, ਲਾਰੈਂਸ ਹੈ, ਜੱਗੂ ਹੈ, ਜਿੰਨੇ ਵੀ ਇਹ ਕਾਲੇ ਕਾਰਨਾਮੇ 'ਚ ਲੱਗੇ ਹੋਏ ਨੇ, ਮੈਂ ਤਾਂ ਸਾਰਿਆਂ ਦੇ ਖਿਲਾਫ਼ ਹਾਂ। ਪਰ ਗੌਰਮੈਂਟ ਨੂੰ ਚਾਹੀਦਾ ਮੁਕੰਮਲ ਸਫਾਏ ਵਾਸਤੇ ਕੋਈ ਨਾ ਕੋਈ ਨੀਤੀਆਂ ਨੂੰ ਅਮਲ ਦੇ ਵਿੱਚ ਲਿਆਵੇ। ਤੁਸੀਂ ਦੇਖਿਆ ਹੋਊਗਾ ਨਿਰਭੈ ਕਾਂਡ ਹੋਇਆ ਸੀਗਾ, ਬੱਚੀ ਦਾ ਰੇਪ ਹੋਇਆ ਸੀ, ਤਾਂ ਗੌਰਮੈਂਟ ਨਿਰਭੈ ਐਕਟ ਲੈ ਕੇ ਆਈ ਉੱਥੇ ਅਤੇ ਚਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲੀ, ਫਾਂਸੀ ਦੀ ਸਜ਼ਾ ਮਿਲੀ ਉਹਨਾਂ ਨੂੰ। ਮੈਂ ਵੀ ਚਾਹੁੰਦਾ ਜੇ ਇਹੋ ਜਿਹੀਆਂ ਸੈਲੀਬ੍ਰਿਟੀਆਂ, ਮੈਂ ਇਹ ਗੱਲ ਹਿੱਕ ਠੋਕ ਕੇ ਕਹਿ ਸਕਦਾ ਕਿ ਮੇਰਾ ਬੱਚਾ ਬਿਲਕੁਲ ਬੇਕਸੂਰ ਸੀ ਔਰ ਉਹ ਆਪਦੇ ਖਿੱਤੇ ਨੂੰ, ਆਪਦੀ ਸਰਕਾਰ ਨੂੰ, ਆਪਦੀ ਸਟੇਟ ਨੂੰ ਸਮਰਪਿਤ ਸੀ। ਬਾਹਰੋਂ ਪੈਸਾ ਲਿਆ ਕੇ ਆਪਦੇ ਖਜ਼ਾਨੇ 'ਚ ਦੇ ਰਿਹਾ ਸੀ, ਉਹ ਤਾਂ ਇੱਕ ਸਰਕਾਰ ਦਾ ਕਮਾਊ ਪੁੱਤ ਸੀ। ਮੈਂ ਗੌਰਮੈਂਟ ਨੂੰ ਇਹੀ ਅਪੀਲ ਕਰੂੰਗਾ, ਜੇ ਤੁਹਾਡੇ ਇਹੋ ਜਿਹੇ ਪੁੱਤ ਵੀ ਮਾਰੇ ਜਾਣਗੇ ਤਾਂ ਜਿਹੜੀ ਤੁਹਾਡੀ ਰੈਪੂਟੇਸ਼ਨ ਹੈ ਉਹ ਬਹੁਤ ਖਰਾਬ ਹੋਊਗੀ। ਪਛਨੋਈ ਵੀ ਇਹਦੀ ਸ਼ਿਕੰਜੇ 'ਚ ਹੈਗਾ, ਤਾਂ ਗੋਲਡੀ ਵੀ ਜੇਕਰ ਆ ਜਾਂਦਾ ਤਾਂ ਲੱਗਦਾ ਤੁਹਾਨੂੰ ਪਿਕਚਰ ਕਲੀਅਰ ਹੋ ਜੂਗੀ ਆਖਰ। ਦੇਖੋ ਜੀ, ਜੇ ਗੋਲਡੀ ਆ ਜਾਂਦਾ ਇਹ ਸਾਰੇ ਇਕੱਠੇ ਕਰਨੇ ਚਾਹੀਦੇ, ਇਹਨਾਂ ਦੇ ਨਾਰਕੋ ਟੈਸਟ ਹੋਣੇ ਚਾਹੀਦੇ ਨੇ, ਬਿਲਕੁਲ ਸਥਿਤੀ ਸਾਰੀ ਸਾਫ਼ ਹੋ ਜੂਗੀ। ਕਿਹੜਾ ਇਹਨਾਂ ਦਾ ਲੀਡਰ ਹੈ, ਕਿਹੜਾ ਪੋਲੀਟੀਸ਼ਨ ਹੈ, ਕਿਹੜਾ ਇੰਡਸਟਰੀ ਦਾ ਬੰਦਾ ਹੈ, ਸਾਰੀ ਗੱਲ ਸਾਫ਼ ਹੋ ਜੂਗੀ ਜੇ ਇਹਨਾਂ ਦੇ ਸਰਕਾਰ ਨਾਰਕੋ ਦੀ ਪ੍ਰੋ ਲਵੇ। ਅਦਰਵਾਈਜ਼ ਤਾਂ ਕੁਰਸੀਆਂ ਦੇ ਬਹਿ ਕੇ ਬਿਆਨ ਦੇ ਕੇ ਚਲੇ ਜਾਂਦੇ ਨੇ। ਕੁਛ ਭ੍ਰਿਸ਼ਟ ਜਿਹੜੇ ਪੁਲਿਸ ਦੇ ਅਫਸਰ ਨੇ ਇਹਨਾਂ ਨਾਲ ਮਿਲੇ ਹੋਏ ਨੇ, ਇਹਨਾਂ ਦੀ ਸਹੀ ਪੁੱਛਗਿੱਛ ਨਹੀਂ ਹੋ ਰਹੀ। ਇਹ ਮੈਂ ਪਹਿਲਾਂ ਵੀ ਕਹਿੰਦਾ ਰਿਹਾ, ਮੈਂ ਹੁਣ ਵੀ ਕਹਿੰਦਾ ਰਿਹਾ, ਹੁਣ ਅਸੀਂ ਪ੍ਰੋਪਰਲੀ ਚੈੱਕ ਰੱਖਾਂਗੇ ਸਾਰੀ ਗੱਲ ਤੇ। ਸਹੀ ਤਰੀਕੇ ਨਾਲ ਪੁੱਛਗਿੱਛ ਹੋਣੀ ਚਾਹੀਦੀ ਹੈ, ਇਹ ਕਹਿਣਾ ਬਲਕੌਰ ਸਿੰਘ ਦਾ। ਔਰ ਇਹ ਜੋ ਤੁਹਾਨੂੰ ਤਸਵੀਰ ਅਸੀਂ ਵਿਖਾ ਰਹੇ ਹਾਂ, ਕਿਸ ਤਰ੍ਹਾਂ ਦੇ ਨਾਲ ਇਹ ਤਮਾਮ ਸ਼ੂਟਰਸ ਜਿਹੜੇ ਨੇ, ਜਿਨ੍ਹਾਂ ਦੇ ਵਿੱਚੋਂ ਕਈਆਂ ਨੇ ਰੇਕੀ ਕੀਤੀ, ਕਈਆਂ ਨੇ ਹਥਿਆਰ ਮੁਹੱਈਆ ਕਰਾਏ, ਔਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਫਾਇਰਿੰਗ ਕੀਤੀ, ਹਾਲਾਂਕਿ ਇਹਨਾਂ ਤੋਂ ਜ਼ਿਆਦਾਤਰ ਜਿਹੜੇ ਨੇ ਉਹ ਕਾਬੂ ਕਰ ਲਏ ਗਏ ਨੇ। ਸੋ ਇਹ ਕਿਸ ਤਰ੍ਹਾਂ ਦੇ ਨਾਲ ਇਹ ਪੂਰਾ ਨੈਕਸਸ ਸੀ ਔਰ ਇਸ ਪੂਰੀ ਵਿਉਂਤਬੰਦੀ ਦੇ ਤਹਿਤ 3 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ, ਲੇਕਿਨ ਇਹ ਸਭ ਦਾ ਮਾਸਟਰ ਮਾਇੰਡ ਗੋਲਡੀ ਬਰਾੜ ਸੀ, ਜੋ ਕਿ ਵਿਦੇਸ਼ 'ਚ ਬੈਠਿਆਂ ਹੀ ਇਹਨਾਂ ਸਭ ਦੇ ਨਾਲ ਸੰਪਰਕ ਵਿੱਚ ਸੀ ਤੇ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਨੂੰ ਕਮਾਂਡ ਦੇ ਰਿਹਾ ਸੀ। ਕਿਸ ਦਾ ਕੀ ਕੁਝ ਰੋਲ ਹੈ, ਟੀਮਸ ਬਣਾਈਆਂ ਗਈਆਂ ਸਨ, ਇਹ ਵੀ ਟੀਮ ਬਣਾਈ ਗਈ ਸੀ ਕਿ ਜੇ ਇੱਕ ਟੀਮ ਫੇਲ ਹੁੰਦੀ ਹੈ ਤਾਂ ਦੂਜੀ ਇਸ ਨੂੰ ਅੰਜਾਮ ਦੇਗੀ। ਔਰ ਇਸ ਤਰ੍ਹਾਂ ਦੇ ਨਾਲ ਇਹ ਪੂਰਾ ਜਿਹੜਾ ਹੈ ਘਟਨਾਕ੍ਰਮ ਜਿਹੜਾ ਆਖਿਰਕਾਰ ਸਿਰੇ ਲਗਾਇਆ ਗਿਆ ਤੇ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਔਰ ਉਸ ਤੋਂ ਬਾਅਦ ਕਈ ਜਿਹੜੇ ਨੇ ਉੱਥੋਂ ਦੀ ਦੇਸ਼ ਛੱਡ ਕੇ ਵਿਦੇਸ਼ ਭੱਜਣ 'ਚ ਵੀ ਕਾਮਯਾਬ ਰਹੇ, ਹਾਲਾਂਕਿ ਇਸ ਦੇ ਵਿੱਚ ਵੀ ਜਿਹੜੀ ਜਾਂਚ 2 ਲੋਕਾਂ ਨੂੰ ਜਿਹੜਾ ਹੈ ਉਸ ਤੋਂ ਬਾਅਦ ਬਾਹਰ ਡਿਟੇਨ ਕੀਤਾ ਗਿਆ, ਫਰਜ਼ੀ ਪਾਸਪੋਰਟ ਦੇ ਸਹਾਰੇ ਉਹ ਦੌੜੇ। ਲੇਕਿਨ ਇਹ ਜਿਹੜਾ ਕਿਸ ਤਰ੍ਹਾਂ ਦੇ ਨਾਲ ਪੂਰਾ ਨੈਕਸਸ ਸੀ, ਇਸ ਦੇ ਗੁਰਗੇ ਸਰ ਔਰ ਹਰ ਇੱਕ ਦੀ ਡਿਊਟੀ ਲਗਾਈ ਗਈ ਸੀ ਇਸ ਮਾਮਲੇ ਦੇ ਵਿੱਚ, ਇਸ ਘਟਨਾ ਨੂੰ ਅੰਜਾਮ ਦੇਣ ਦੇ ਲਈ।